बहुत आसानी दे नाल हर तरह के इनवायरमेंट बहुत वधिया हो जाता है। हाँ एक ज्यादा सर्दी पैंदी है, बहुत ज्यादा गर्मी भी एक इफेक्ट करती है, नुकसान करती है, और वह पत्ते डैमेज होकर दोबारा फिर आ जाते हैं। तो इनू असी हर जगह पर लगा सकते हैं। ये जिदा हूँ फरवरी का महीना शुरू होने लगा आ, फरवरी तो लैके असं अक्टूबर तक की बहुत वधिया बिजाई कर सकते हैं। तो ये बूटे असी है जेडे आसानी आम मिल जाते हैं। मैं तो ये कहना चाहवागा कि अगर बीमारियों की गल करिए, अक्सर सानू यह मिलता है कि सुहाइया जरा 300 बीमारियों का हल आ, सुहाइया खाओ 300 बीमारी पजाओ। अच्छा, मत 300 बीमारी हूँ जो तुम मैं कहो मैं तो 300 बीमारियां नहीं दस सकता। मतलब लाभ अगर असं है कि तुम दसो जिदा कोई ऐसा घर नहीं जिस घर बीमारी नहीं है। ਅਦਾ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਕਿਸੇ ਨੂੰ ਸ਼ੂਗਰ ਹੋ ਜਾਣੀ, ਕੈਂਸਰ ਹੋ ਜਾਣਾ, ਤੇ ਸਾਡੇ ਬਜ਼ੁਰਗ ਜਦੋਂ ਉਹ ਚੜ੍ਹਾਈ ਕਰਦੇ ਸੰਸਕਾਰ ਦੇ ਉਦੋਂ ਨਾਮ ਤੱਕ ਨਹੀਂ ਲੈਂਦੇ ਹੁੰਦੇ ਸੀ। ਜੇ ਕਿਸੇ ਨੂੰ ਬਲੱਡ, ਉਹਨੂੰ ਕਹਿੰਦਾ ਬਲੱਡ ਸ਼ੂਗਰ ਆ। ਮਤਲਬ ਬੀਬੀਆਂ ਬਹੁਤ ਹੌਲੀ ਹੌਲੀ ਗੱਲਾਂ ਕਰਦੀਆਂ ਹੁੰਦੀਆਂ ਸੀ ਇੱਕ ਦੂਜੇ ਦੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ, ਮੈਂ ਹਰਪ੍ਰੀਤ ਸਿੰਘ ਮੁਨਕ। ਦੋਸਤੋ ਅੱਜ ਆਪਾਂ ਤੁਹਾਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੀਆਂ ਗੱਲਾਂ ਕਰਨ ਜਾ ਰਹੇ ਹੈਗੇ ਆ। ਜੇ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਗੱਲ ਕਰੀਏ, ਪੁਰਾਣੇ ਬਜ਼ੁਰਗਾਂ ਦੀ ਉਮਰ 100 ਤੋਂ 120 ਸਾਲ ਹੁੰਦੀਆਂ ਸੀ। ਅੱਜ ਜੋ ਸਾਡੀ ਐਵਰੇਜ ਉਮਰ ਆ 50 ਤੋਂ 55 ਸਾਲ ਹੈਗੀ ਆ। ਜੋ 50 ਤੋਂ 55 ਸਾਲ ਦਾ ਵੀ ਇਨਸਾਨ ਆ ਉਹ ਕਿਸ ਚੀਜ਼ 'ਤੇ ਚੱਲਦਾ? ਦਵਾਈਆਂ 'ਤੇ। ਦਵਾਈਆਂ ਕੀ ਕਰਦੀਆਂ ਹੈਗੀਆਂ? ਸਾਨੂੰ ਇੱਕ ਬਿਮਾਰੀ ਨੂੰ ਠੀਕ ਕਰਕੇ 4 ਬਿਮਾਰੀਆਂ ਹੋਰ ਲਗਾ ਦਿੰਦੀਆਂ ਹੈਗੀਆਂ। ਆਪਾਂ ਅੱਜ ਗੱਲ ਕਰਨ ਜਾ ਰਹੇ ਹੈਗੇ ਜੋ ਸਾਡੇ ਗੁਰੂ ਪੀਰਾਂ ਦੇ ਟਾਈਮ 'ਤੇ ਚੱਲਦੀਆਂ ਜੜੀ ਬੂਟੀਆਂ, ਆਯੁਰਵੈਦਿਕ ਇਲਾਜ ਸੀ। ਉਸੇ ਆਯੁਰਵੈਦਿਕ ਦੇ ਇਲਾਜ ਦੇ ਵਿੱਚੋਂ ਆਪਾਂ ਤੁਹਾਡੇ ਨਾਲ ਮਿਲਾਉਣ ਜਾ ਤੁਹਾਨੂੰ ਜਾਣਕਾਰੀ ਦੇਣ ਲਈ ਮਿਲਾਉਣ ਜਾ ਰਿਹਾ ਸਰਦਾਰ ਗੁਰਨਾਮ ਸਿੰਘ ਜੀ ਮੂਨਕਾ ਜੀ ਦੇ ਨਾਲ। ਗੁਰਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਇਸ ਪੰਜਾਬੀ ਰੰਗ ਟੀਵੀ ਚੈਨਲ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਧੰਨਵਾਦ। ਤੇ ਆਪਾਂ ਤੁਹਾਡੇ ਕੋਲ ਜਾਣਕਾਰੀ ਲੈਣ ਲਈ ਪੁੱਜੇ ਆ ਕਿ ਜੋ ਆਯੁਰਵੈਦਿਕ ਮੈਡੀਸਨ ਦੇ ਵਿੱਚ ਦਵਾਈਆਂ ਜਾਂ ਆਯੁਰਵੈਦਿਕ ਦੇ ਵਿੱਚ ਸਾਡੇ ਜੜੀ ਬੂਟੀਆਂ ਆ ਰਹੀਆਂ ਉਹਨਾਂ ਬਾਰੇ ਸਾਡੇ ਦਰਸ਼ਕ ਵੀਰਾਂ ਨੂੰ ਜਾਣਕਾਰੀ ਦਿਓ, ਤਾਂ ਜੋ ਸਾਡੇ ਦਰਸ਼ਕ ਵੀਰ ਆਯੁਰਵੈਦਿਕ ਜੜੀ ਬੂਟੀਆਂ ਨੂੰ ਖਾ ਕੇ ਆਪਣੇ ਆਪ ਨੂੰ ਤੰਦਰੁਸਤ ਕਰ ਸਕਣ, ਸਾਡਾ ਇੰਗਲਿਸ਼ ਮੈਡੀਸਨ ਐਲੋਪੈਥੀ ਤੋਂ ਛੁਟਕਾਰਾ ਹੋ ਸਕੇ। ਧੰਨਵਾਦ ਤੁਹਾਡਾ ਸਾਡੇ ਤੱਕ ਪਹੁੰਚਣ ਦੇ ਲਈ, ਤੁਸੀਂ ਸਮਾਂ ਕੱਢ ਕੇ ਆਏ ਹੋ। ਬਾਕੀ ਆਯੁਰਵੈਦ ਦੀ ਗੱਲ ਕਰੀਏ ਤਾਂ ਆਯੁਰਵੈਦ ਦਾ ਇੱਕ ਬਹੁਤ ਵੱਡਾ ਦਾਰਾ ਅਧਿਆਰਾ ਹੈਗਾ ਆ, ਬਹੁਤ ਡੂੰਘੀ ਖੋਜਾਂ ਨੇ ਉਹਦੇ ਉੱਪਰ। ਜਿਵੇਂ ਅਸੀਂ ਆਪਣੀ ਗੱਲ ਕਰੀ ਸੀ, ਆਯੁਰਵੈਦਿਕ ਮਾਹਰ ਤਾਂ ਨਹੀਂ ਹੈਗੇ, ਪਰ ਜਿੰਨੀ ਇੱਕ ਸਮਝ ਪਿਛਲੇ ਸਮਿਆਂ ਵਿੱਚ ਅਸੀਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਦੀ ਇਹਨਾਂ ਦੇ ਉੱਪਰ ਰਿਸਰਚ ਹੈਗੀਆਂ ਨੇ, ਅਤੇ ਉਹਨਾਂ ਬਾਰੇ ਜਿਹੜੀ ਵੀ ਚੀਜ਼ ਦੀ ਸਾਨੂੰ ਸਮਝ ਲੱਗੀ ਉਹ ਚੀਜ਼ ਨੂੰ ਅਸੀਂ ਲੋਕਾਂ ਤੱਕ ਲਿਜਾਣ ਦੇ ਲਈ ਐਫਰਟ ਕਰ ਰਹੇ ਹਾਂ। ਜਿਹਦੇ ਵਿੱਚੋਂ ਅੱਜ ਅਸੀਂ ਗੱਲ ਕਰਾਂਗੇ ਸੁਹਾਜਣੇ ਬਾਰੇ। ਇਹ ਜਿਹੜਾ ਤੁਸੀਂ ਦਰਖਤ ਵੇਖ ਰਹੇ ਹੋ ਪਿੱਛੇ ਬੈਕ ਸਾਈਡ ਸਾਡੇ ਲੱਗਾ ਹੋਇਆ, ਇਹ ਹੈ ਸੁਹਾਜਣੇ ਦਾ ਦਰਖਤ, ਜਿਹਨੂੰ ਮੁਰੰਗਾ ਵੀ ਕਿਹਾ ਜਾਂਦਾ ਹੈਗਾ, ਜਾਂ ਇੰਗਲਿਸ਼ ਵਿੱਚ ਡ੍ਰਮਸਟਿਕ ਵੀ ਕਿਹਾ ਜਾਂਦਾ ਹੈ। ਸਾਡੇ ਦਰਸ਼ਕ ਵੀਰਾਂ ਦੱਸੋ ਕਿ ਸੁਹਾਜਣਾ ਹੈ ਕੀ ਚੀਜ਼ ਆ? ਸੁਹਾਜਣਾ ਜਿਹੜਾ ਹੁੰਦਾ ਆ, ਅਸਲ ਦੇ ਵਿੱਚ ਇਹ ਇੱਕ ਦਰਖਤ ਦੀ ਵਰਾਇਟੀ ਆ। ਇਹ ਇੱਕ ਬਹੁਤ ਦਰਖਤ ਵਾਂਗ ਵੱਡਾ ਬਣ ਜਾਂਦਾ ਹੈਗਾ ਆ। ਇਹਦੀ ਜਿਹੜੀ ਗਰੋਥ ਆ ਬਹੁਤ ਜਲਦੀ ਹੁੰਦੀ ਆ। ਤੁਹਾਨੂੰ ਮੈਂ ਦਿਖਾਉਣਾ, ਉਸ ਸਾਈਡ ਸਾਡੇ ਕੋਲ ਸੁਹਾਜਣੇ ਦੇ ਬੂਟੇ ਲੱਗੇ ਹੋਏ, ਜਿਹੜੀ ਮੇਰੇ ਖਿਆਲ 6-7 ਮਹੀਨੇ ਦੀ ਉਮਰ ਆ, ਉਹਦੀ ਲਾਈਕ ਜਿਹੜੀ ਸਾਈਜ਼ ਵੇਖ ਕੇ ਲੱਗਦਾ ਕਿ ਬਹੁਤ ਜ਼ਿਆਦਾ ਉਮਰ ਦਾ ਹੁੰਦਾ ਹੈ। ਦੂਸਰਾ ਸੁਹਾਜਣਾ ਜਿਹੜਾ ਹੈਗਾ ਇਹ ਬਹੁਤ, ਮਤਲਬ ਮੈਂ ਕਹਾਂ ਕਿ ਇੱਕ ਰਫ ਵਰਾਇਟੀ ਆ। ਮੈਂ ਮਾਫੀ ਚਾਹੁੰਦਾ ਕਿ ਲਫ਼ਜ਼ ਮੈਂ ਰਫ ਵਰਤ ਲਿਆ, ਰਫ ਮੀਨਸ ਕਿ ਇਹਦੀ ਬਹੁਤੀ ਕੇਅਰ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਮਤਲਬ ਇਹ ਬਹੁਤ ਆਸਾਨੀ ਦੇ ਨਾਲ ਹਰ ਤਰ੍ਹਾਂ ਦੇ ਇਨਵਾਇਰਮੈਂਟ ਬਹੁਤ ਵਧੀਆ ਹੋ ਜਾਂਦਾ ਆ। ਹਾਂ ਇੱਕ ਜ਼ਿਆਦਾ ਸਰਦੀ ਪੈਂਦੀ ਹੈ, ਬਹੁਤ ਜ਼ਿਆਦਾ ਗਰਮੀ ਵੀ ਇੱਕ ਇਫੈਕਟ ਕਰਦੀ ਹੈ, ਇਹਨੂੰ ਨੁਕਸਾਨ ਕਰਦੀ ਆ, ਔਰ ਉਹ ਪੱਤੇ ਡੈਮੇਜ ਹੋ ਕੇ ਦੁਬਾਰਾ ਫਿਰ ਆ ਜਾਂਦੇ ਨੇ। ਅਤੇ ਇਹਨੂੰ ਅਸੀਂ ਹਰ ਜਗ੍ਹਾ 'ਤੇ ਲਗਾ ਸਕਦੇ ਹੈਗੇ ਹਾਂ। ਇਹ ਜਿੱਦਾਂ ਹੁਣ ਫਰਵਰੀ ਦਾ ਮਹੀਨਾ ਸ਼ੁਰੂ ਹੋਣ ਲੱਗਾ ਆ, ਫਰਵਰੀ ਤੋਂ ਲੈ ਕੇ ਅਸੀਂ ਅਕਤੂਬਰ ਤੱਕ ਇਹਦੀ ਬਹੁਤ ਵਧੀਆ ਬਿਜਾਈ ਕਰ ਸਕਦੇ ਹੈਗੇ। ਅਤੇ ਇਹਦੇ ਬੂਟੇ ਅਸੀਂ ਇਹਦੇ ਹੈਗੇ ਜਿਹੜੇ ਆ ਆਸਾਨੀ ਦੇ ਨਾਲ ਸਾਨੂੰ ਆਮ ਮਿਲ ਜਾਂਦੇ ਨੇ, ਅਤੇ ਅਸੀਂ ਵੀ ਇਹਦੇ ਬੂਟੇ ਫ੍ਰੀ ਵੀ ਵੰਡਦੇ ਹੈਗੇ ਹਾਂ, ਬੂਟੇ ਤਿਆਰ ਵੀ ਕਰਦੇ ਹਾਂ। ਬਹੁਤ ਸਸਤੀ ਚੀਜ਼, ਪਰ ਇਹਦੇ ਫਾਇਦਿਆਂ ਦੀ ਅਗਰ ਗੱਲ ਕਰੀਏ ਤਾਂ ਲਾਜਵਾਬ ਇਹਦੇ ਫਾਇਦੇ ਨੇ। ਇਹ ਜਿਹੜਾ ਸੁਹਾਜਣਾ ਦਾ ਬੂਟਾ ਹੈਗਾ, ਇਹ ਕਿਹੜੀ ਕਿਹੜੀ ਬਿਮਾਰੀਆਂ ਨੂੰ ਠੀਕ ਕਰਦਾ? ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਦੱਸੋ, ਇਹਨੂੰ ਕਿਵੇਂ ਖਾਣਾ ਹੈਗਾ, ਔਰ ਉਹਦੇ ਬਾਰੇ ਵੀ ਹਲਕਾ ਫੁਲਕਾ। ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਅਗਰ ਬਿਮਾਰੀਆਂ ਦੀ ਗੱਲ ਕਰੀਏ, ਅਕਸਰ ਸਾਨੂੰ ਇਹ ਮਿਲਦਾ ਹੈ ਕਿ ਸੁਹਾਜਣਾ ਜਿਹੜਾ 300 ਬਿਮਾਰੀਆਂ ਦਾ ਹੱਲ ਆ, ਸੁਹਾਜਣਾ ਖਾਓ 300 ਬਿਮਾਰੀ ਪਜਾਓ। ਅੱਛਾ ਜੀ, ਮੈਂ 300 ਬਿਮਾਰੀ ਹੁਣ ਜੇ ਤੁਸੀਂ ਮੈਨੂੰ ਕਹੋ ਮੈਂ ਤਾਂ 300 ਬਿਮਾਰੀਆਂ ਨਹੀਂ ਦੱਸ ਸਕਦਾ। ਮਤਲਬ ਲਾਭ ਅੱਗੇ ਅਸੀਂ ਇਹ ਕਿ ਤੁਸੀਂ ਦੱਸੋ ਜਿੱਦਾਂ ਕੋਈ ਐਸਾ ਘਰ ਨਹੀਂ ਜਿਸ ਘਰ ਦੇ ਵਿੱਚ ਅੱਜ ਬਿਮਾਰੀ ਨਹੀਂ ਹੈਗੀ। ਮੈਨੂੰ ਯਾਦ ਆ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਤੇ ਕਿਸੇ ਨੂੰ ਸ਼ੂਗਰ ਹੋ ਜਾਣੀ, ਕੈਂਸਰ ਹੋ ਜਾਣਾ, ਤੇ ਸਾਡੇ ਬਜ਼ੁਰਗ ਜਦੋਂ ਉਹ ਚੜ੍ਹਾਈ ਕਰਦੇ ਸੰਸਕਾਰ ਦੇ ਉਦੋਂ ਨਾਮ ਤੱਕ ਨਹੀਂ ਲੈਂਦੇ ਹੁੰਦੇ ਸੀ।
ਜੇ ਕਿਸੇ ਨੂੰ ਬਲੱਡ ਉਹਨੂੰ ਕਹਿੰਦਾ ਬਲੱਡ ਸ਼ੂਗਰ ਆ, ਮਤਲਬ ਬੀਬੀਆਂ ਬਹੁਤ ਹੌਲੀ ਹੌਲੀ ਗੱਲਾਂ ਕਰਦੀਆਂ ਹੁੰਦੀਆਂ ਸੀ ਇੱਕ ਦੂਜੇ ਦੇ ਨਾਲ, ਪਰ ਅੱਜ ਤੁਸੀਂ ਵੇਖੋ ਮੈਨੂੰ ਲੱਗਦਾ ਕਿ 100 ਘਰ ਦੇ ਵਿੱਚ ਕੋਈ 2 ਜਾਂ 4 ਘਰ ਹੋਣਗੇ ਜਿਨ੍ਹਾਂ 'ਚ ਸ਼ੂਗਰ ਦਾਖਲ ਨਹੀਂ ਹੋਈ। ਸਹੀ ਗੱਲ ਹੈ ਜੀ, ਹਰ ਘਰ ਦੇ ਵਿੱਚ ਤੁਸੀਂ ਵੇਖੋ ਕਿਸੇ 'ਚ ਸ਼ੂਗਰ, ਕਿਸੇ 'ਚ ਬੀਪੀ ਦੀ ਪ੍ਰੋਬਲਮ ਆ, ਕਿਸੇ ਹਾਰਟ ਦੀ ਪ੍ਰੋਬਲਮ ਆ, ਕਿਸੇ ਗੁਰਦਿਆਂ ਦੀ ਪ੍ਰੋਬਲਮ ਹੈਗੀ ਆ, ਕਿਸੇ ਗਿੱਟੇ ਗੋਡਿਆਂ ਦੀ ਪ੍ਰੋਬਲਮ ਹੈਗੀ ਆ, ਕਿਸੇ ਨੌਜਵਾਨ ਉਮਰਾਂ ਛੋਟੀਆਂ ਨੇ, ਵਾਲ ਚਿੱਟੇ ਹੋ ਰਹੇ ਨੇ, ਅੱਖਾਂ ਨਿਗਾਹ ਦੀ ਪ੍ਰੋਬਲਮ ਹੈਗੀ ਆ, ਹੱਡੀਆਂ ਦੀ ਸਾਡੀ ਕਮਜ਼ੋਰੀ ਦੀ ਪ੍ਰੋਬਲਮ ਹੈਗੀ ਆ, ਹੱਡੀਆਂ ਜਿਹੜੀਆਂ ਨੇ ਕਮਜ਼ੋਰ ਨੇ ਸਾਡੀਆਂ, ਗਿੱਟੇ ਗੋਡੇ ਦੀ ਪ੍ਰੋਬਲਮ, ਮਤਲਬ ਕਿਹੜੀ ਐਸੀ ਬਿਮਾਰੀ ਆ ਤੁਸੀਂ ਵੇਖੋ ਜਿਹੜੀ ਸਾਡੇ ਅੱਜ ਘਰਾਂ ਦੇ ਵਿੱਚ ਨਹੀਂ ਹੈਗੀ। ਅਤੇ ਇਹ ਸਾਰੀਆਂ ਜਦੋਂ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਇੰਟਰਸਟ ਹੈਗਾ ਆ, ਜਦੋਂ ਇਹ ਚੀਜ਼ਾਂ ਅਸੀਂ ਵੇਖਦੇ ਹਾਂ, ਅਸੀਂ ਪੁਰਾਣੇ ਪਿਛਲੇ ਬਜ਼ੁਰਗਾਂ ਵਾਲੇ ਪਾਸੇ ਨੂੰ ਜਾਂਦੇ ਹਾਂ, ਅਤੇ ਉਹ ਸਾਡੇ ਨਾਲੋਂ ਕੋਈ ਵਧੀਆ ਖੁਰਾਕ ਨਹੀਂ ਖਾਂਦੇ ਸੀ। ਜਿਵੇਂ ਅੱਜ ਅਸੀਂ ਵਧੀਆ ਕਿਹਨੂੰ ਕਹਿੰਦੇ, ਅਸੀਂ ਕਹਿੰਦੇ ਅਸੀਂ ਬਦਾਮ ਵੀ ਖਾਂਦੇ ਹਾਂ, ਅਸੀਂ ਕਹਿੰਦੇ ਕਿ ਅਸੀਂ ਡੇਲੀ ਇੱਕ ਟਾਈਮ ਫਰੂਟ ਵੀ ਖਾਂਦੇ ਹਾਂ, ਮਤਲਬ ਅਸੀਂ ਹਰ ਉਹ ਚੀਜ਼ ਐਫਰਟ ਕਰ ਰਹੇ ਹਾਂ ਲੈ ਕੇ ਖਾਣ ਦੀ, ਆਪਣੇ ਬੱਚੇ ਨੂੰ ਖਿਲਾਉਣ ਦੀ, ਜਿਹੜੀਆਂ ਮਹਿੰਗੀਆਂ ਨੇ, ਮਤਲਬ ਅਸੀਂ ਬਦਾਮ ਖਾਂਦੇ ਹਾਂ, ਅਸੀਂ ਮਹਿੰਗੇ ਮਹਿੰਗੇ ਫਰੂਟ 200-300 ਰੁਪਏ ਕਿਲੋ ਫਰੂਟ ਲੈ ਕੇ ਖਾਂਦੇ ਹਾਂ, ਮੱਖਣ ਫਲ ਹੈਗਾ 200 ਰੁਪਏ ਦਾ ਇੱਕ ਪੀਸ ਮਿਲਦਾ ਸੀ ਉਹ ਖਵਾਉਂਦੇ ਹਾਂ, ਕੀਵੀ ਖਵਾਉਂਦੇ ਹਾਂ, ਪਰ ਬਜ਼ੁਰਗ ਸਾਡੇ ਕੁਛ ਵੀ ਨਹੀਂ ਖਾਂਦੇ ਸੀ। ਸਹੀ ਗੱਲ ਹੈ, ਮਤਲਬ ਅਸੀਂ ਅੱਜ ਦੇਖਦੇ ਹਾਂ, ਅਸੀਂ ਜਦੋਂ ਛੋਟੇ ਹੁੰਦੇ ਸੀਗੇ, ਅਸੀਂ ਫਰੂਟ ਉਦਣ ਜੋੜਦਾ ਜਿੱਦਣ ਕੋਈ ਪ੍ਰਾਹੁਣਾ ਆਉਂਦਾ ਸੀ, ਫਰੂਟ ਲੈ ਕੇ ਆਉਂਦਾ ਸੀ, ਤੇ ਉਹ ਸਾਨੂੰ ਇੱਕ ਮਿਲਦਾ, ਬੜਾ ਚਾਅ ਹੁੰਦਾ ਸੀ ਸਾਨੂੰ, ਤੇ ਸਾਡੇ ਬਜ਼ੁਰਗਾਂ ਨੂੰ ਤਾਂ ਉਹ ਵੀ ਨਹੀਂ ਮਿਲਦਾ ਸੀ, ਤੇ ਸਾਡੇ ਬਜ਼ੁਰਗ ਖਾਂਦੇ ਕੀ ਸੀ? ਬਸ ਉਹਨਾਂ ਦੀ ਅਸਲ 'ਚ ਨਿੱਗਰ ਖੁਰਾਕ ਸੀ, ਉਹ ਜੋ ਪੈਸਟੀਸਾਈਡ ਕੈਮੀਕਲ ਅੱਜ ਅਸੀਂ ਵਰਤ ਰਹੇ ਉਹ ਨਹੀਂ ਵਰਤਦੇ ਸੀਗੇ, ਉਹ ਹਾਰਡਵਰਕ ਕਰਦੇ ਸੀ, ਉਹ ਚੀਜ਼ਾਂ ਖਾਂਦੇ ਜਿਹੜੀਆਂ ਅਸੀਂ ਅੱਜ ਮਰੇ ਹਾਂ ਸਵਾਦ ਦੇ ਉੱਪਰ, ਤੇ ਅਸੀਂ ਮਰੇ ਹਾਂ ਜੀ ਕਾਹਲੀ ਪਾਉਣ ਦੇ ਉੱਪਰ। ਹੁਣ ਸਾਨੂੰ ਕਾਹਲੀ ਬਹੁਤਾ ਸਮਾਂ ਨਹੀਂ ਹੈਗਾ, ਸਾਡੇ ਸਵਾਦ ਦੀ ਪ੍ਰੋਬਲਮ ਆ, ਤੇ ਅਸੀਂ ਅੱਜ ਗੱਲ ਅਸਲ 'ਚ ਕਰ ਰਹੇ ਸੁਹਾਂਜਣੇ ਦੀ, ਮੈਂ ਹੋਰ ਪਾਸੇ ਨਾ ਜਾਊਂ, ਸੁਹਾਂਜਣੇ ਬਾਰੇ ਅਸੀਂ ਜ਼ਿਕਰ ਕਰੀਏ। ਸੁਹਾਂਜਣਾ ਮੈਨੂੰ ਇੱਕ ਬਜ਼ੁਰਗ ਸਾਡੇ ਮਿਲੇ ਨੇ ਜਿਹੜੇ ਸਾਡੇ ਕੋਲ ਆਉਂਦੇ, ਉਹ ਕਹਿੰਦੇ ਕਿ ਅਸੀਂ ਛੋਟੇ ਹੁੰਦੇ ਸੁਹਾਂਜਣਾ ਸਾਡੇ ਬਹੁਤ ਹੁੰਦਾ ਸੀ, ਤੇ ਉਹ ਕਹਿੰਦੇ ਸਾਡੇ ਬਜ਼ੁਰਗ, ਉਹ ਮਤਲਬ ਆਪਣੇ ਪਿਤਾ ਜੀ ਦੀ ਗੱਲ ਕਰਕੇ, ਜਿੱਦਾਂ ਮੈਂ ਕਹਿੰਦਾ ਕਿ ਸਾਡੇ ਦਾਦਾ ਦੇਦੀ ਪੜਦਾਦਾ ਜੀ, ਕਹਿੰਦੇ ਸੁਹਾਂਜਣੇ ਦੇ ਪੱਤੇ ਤੋੜ ਕੇ ਅਸੀਂ ਪਾਣੀ ਵਿੱਚ ਸੁੱਟ ਦਿੰਦੇ ਹੁੰਦੇ, ਜਿਹੜੇ ਟੋਭੇ ਬਣੇ ਹੁੰਦੇ ਉੱਥੇ ਜਾਨਵਰਾਂ ਨੂੰ ਪਾਣੀ ਪਿਆਇਆ ਜਾਂਦਾ ਸੀ। ਮਤਲਬ ਬੰਦੇ ਛੱਡੋ, ਜਾਨਵਰਾਂ ਲਈ ਵੀ ਇੰਨੇ ਫਾਇਦੇਮੰਦ ਸੀ। ਸੁਹਾਂਜਣਾ ਜਿਹੜਾ ਹੈਗਾ ਤੁਸੀਂ ਵੇਖੋ, ਜਿਹੜੀ ਅੱਜ ਕੈਲਸ਼ੀਅਮ ਦੀ ਪ੍ਰੋਬਲਮ ਆ, ਵਿਟਾਮਿਨ ਈ ਦੀ ਪ੍ਰੋਬਲਮ ਆ, ਇਹ ਸਾਰੇ ਤੱਤ ਜਿਹੜੇ ਨੇ ਸੁਹਾਂਜਣੇ ਦੇ ਵਿੱਚ ਕਈ ਕਈ ਗੁਣਾ ਨੇ। ਜੇ ਤੁਸੀਂ ਦੁੱਧ ਦੀ ਗੱਲ ਕਰੀਏ, ਦੁੱਧ ਨਾਲੋਂ 4 ਗੁਣਾ ਵੱਧ ਇਹਦੇ ਵਿੱਚ ਕੈਲਸ਼ੀਅਮ ਆ, ਹੈ ਨਾ। ਸੰਤਰੇ ਅਸੀਂ ਖਾਂਦੇ ਹਾਂ, ਵਿਟਾਮਿਨ ਸੀ ਦੀ ਅੱਜ ਅਸੀਂ ਗੱਲ ਕਰਦੇ ਹਾਂ, ਵਿਟਾਮਿਨ ਸੀ ਦੀ ਜਿਹੜੀ ਘਾਟ ਆ ਰਹੀ, ਇਮਿਊਨਿਟੀ ਸਿਸਟਮ ਸਟਰੋਂਗ ਨਹੀਂ ਹੈਗੇ ਸਾਡੇ, ਉਹਦੇ ਨਾਲ ਬਿਮਾਰੀਆਂ ਸਾਡੇ ਵੱਧ ਹਮਲਾ ਕਰ ਰਹੀਆਂ ਨੇ। ਕਰੋਨਾ ਕੋਵਿਡ ਦਾ ਸਮਾਂ ਨਿਕਲਿਆ ਆ, ਵਿਟਾਮਿਨ ਸੀ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਸੀ, ਅਤੇ ਜਿਹੜਾ ਸੁਹਾਂਜਣਾ ਹੈਗਾ ਵਿਟਾਮਿਨ ਸੀ ਭਰਪੂਰ ਇਹਦੇ ਵਿੱਚ। ਮਤਲਬ ਮੈਂ ਤਾਂ ਅਕਸਰ ਇਹ ਕਹਿੰਦਾ ਹੁੰਦਾ ਕਿ ਅਸੀਂ ਜਿਵੇਂ ਕਹਿੰਦੇ ਹਾਂ ਕਿ ਕਿਹੜੀ ਕਿਹੜੀ ਚੀਜ਼ ਲਈ ਕਿਹੜੀ ਕਿਹੜੀ ਚੀਜ਼ ਖਾਣੀ, ਜਾਂ ਕਿਹੜੀ ਕਿਹੜੀ ਬਿਮਾਰੀ ਦਾ ਸੁਹਾਂਜਣ ਨੂੰ ਕਿਵੇਂ ਕਿਵੇਂ ਖਾਣਾ ਆ, ਉਹ ਇੱਕ ਅਲੱਗ ਵਿਸ਼ਾ ਹੈਗਾ, ਉਹਦੇ ਉੱਪਰ ਵੀ ਆਪਾਂ ਫਿਰ ਗੱਲ ਕਰਾਂਗੇ। ਪਰ ਅਗਰ ਸਿੰਪਲ ਸਿੱਧੇ ਵਾਲੇ ਪਾਸੇ ਨੂੰ ਆਈਏ, ਤਾਂ ਅਸੀਂ ਕਹਿੰਦੇ ਕਿ ਜਿਵੇਂ ਮੈਂ ਤਾਂ ਕਹਿੰਦਾ ਕਿ ਬੀਬੀਆਂ ਘਰ ਦੇ ਵਿੱਚ ਲੂਣ ਸਬਜ਼ੀ ਬਣਾਉਂਦੀਆਂ ਨੇ, ਸਬਜ਼ੀ ਦੇ ਵਿੱਚ ਲੂਣ ਮਿਰਚ ਤੋਂ ਬਿਨਾਂ ਕੋਈ ਸਬਜ਼ੀ ਨਹੀਂ ਘਰ 'ਚ ਬਣਾਉਂਦੇ। ਸਹੀ ਗੱਲ ਹੈ ਜੀ, ਅਤੇ ਮੈਂ ਤਾਂ ਇਹ ਕਹਿੰਦਾ ਕਿ ਸਾਨੂੰ ਸੁਹਾਂਜਣੇ ਨੂੰ ਆਪਣੇ ਘਰ ਦੇ ਵਿੱਚ ਜਿਵੇਂ ਅਸੀਂ ਲੂਣ ਸਬਜ਼ੀ ਤੋਂ ਸਬਜ਼ੀ ਲੂਣ ਤੋਂ ਬਿਨਾਂ ਨਹੀਂ ਬਣਾਉਂਦੇ, ਮਿਰਚਾਂ ਤੋਂ ਬਿਨਾਂ ਨਹੀਂ ਬਣਾਉਂਦੇ, ਮਸਾਲੇ ਤੋਂ ਬਿਨਾਂ ਨਹੀਂ ਬਣਾਉਂਦੇ, ਸਾਨੂੰ ਉਵੇਂ ਹੀ ਇਹ ਸੁਹਾਂਜਣਾ ਵੀ ਉਹਦੇ ਵਿੱਚ ਕੰਪਲਸਰੀ ਕਰ ਲੈਣਾ ਚਾਹੀਦਾ ਹੈ। ਕਿ ਸੁਹਾਂਜਣਾ ਜਿਹੜਾ ਹਰ ਇੱਕ ਪਰ ਬੰਦੇ ਦੀ ਐਵਰੇਜ ਹਿਸਾਬ ਨਾਲ 5-7 ਪੱਤੇ ਸਾਨੂੰ ਸਬਜ਼ੀ 'ਚ ਪਾ ਲੈਣੇ ਚਾਹੀਦੇ ਨੇ। ਇਹਨੂੰ ਖਾਣਾ ਹੈ ਜਿਵੇਂ ਮਰਜ਼ੀ ਖਾ ਲਓ ਜੀ, ਤੁਸੀਂ ਸਵੇਰੇ ਨਿਰਣੇ ਕਾਲ, ਅਗਰ ਘਰ 'ਚ ਤੁਹਾਡੇ ਪੌਦਾ ਬੂਟਾ ਤੁਹਾਡੇ ਨੇੜੇ ਹੈਗਾ ਆ, ਤੁਸੀਂ ਤਾਜ਼ੇ ਪੱਤੇ ਤੋੜ ਕੇ 5-7 ਪੱਤੇ ਦੇ ਕੋਸੇ ਪਾਣੀ ਨਾਲ ਲੈ ਸਕਦੇ ਹੋ। ਓਵਰ ਵੇਟ ਹੈਗਾ, ਵੇਟ ਲੂਜ਼ ਕਰਨਾ ਤਾਂ ਤੁਸੀਂ ਇਹਨੂੰ ਪਰੌਂਠਾ ਬਣਾਉਂਦੇ ਆ, ਪਰੌਂਠੇ ਵਿੱਚ ਧਨੀਏ ਦੀ ਜਗ੍ਹਾ ਇਹਨੂੰ ਪਾ ਕੇ ਖਾਧਾ ਜਾ ਸਕਦਾ ਹੈਗਾ ਆ, ਰਿਆਈ ਵੀ ਦਿੰਦਾ ਹੈ, ਆਪਣੇ ਗੁਣ ਵੀ ਦਿੰਦਾ ਹੈ ਨਾਲ। ਇਸੇ ਤਰੀਕੇ ਦੇ ਨਾਲ ਸਬਜ਼ੀ 'ਚ ਪਾ ਕੇ ਖਾ ਸਕਦੇ ਹਾਂ, ਦਹੀਂ ਰਾਇਤਾ ਬਣਾਉਂਦੇ ਹਾਂ ਅਸੀਂ, ਦਹੀਂ ਰਾਇਤੇ ਦੇ ਵਿੱਚ ਪਾ ਕੇ ਖਾ ਸਕਦੇ ਹਾਂ। ਮਤਲਬ ਅਸਲ ਦੇ ਵਿੱਚ ਇਹ ਸਾਡੇ ਅੰਦਰ ਜਾਣਾ ਚਾਹੀਦਾ ਹੈ, ਜੇ ਅਸੀਂ ਇਹਨੂੰ ਕਿਸੇ ਵੀ ਰੂਪ ਦੇ ਵਿੱਚ ਲਈਏ। ਜੇ ਤੁਸੀਂ ਇਹਦਾ ਸੁੱਕਾ ਪਾਊਡਰ ਲੈਂਦੇ ਆ, ਜੇ ਤੁਹਾਡੇ ਕੋਲ ਦੋਸਤੋ ਇਹ ਬੂਟਾ ਜਿਹੜਾ ਨਹੀਂ ਹੈਗਾ ਨੇੜੇ, ਫਿਰ ਤੁਸੀਂ ਦੂਰ ਜਿੱਥੇ ਵੀ ਤੁਹਾਨੂੰ ਇਹ ਬੂਟਾ ਮਿਲਦਾ, ਇਹਦੇ ਸਰਕਾਰੀ ਪੱਧਰ ਦੇ ਉੱਪਰ ਵੀ ਗੁਰਦੁਆਰਾ ਸਭਾਵਾਂ ਵੱਲੋਂ ਵੀ ਬਹੁਤ ਬੂਟੇ ਲਗਾਏ ਗਏ ਨੇ, ਅਤੇ ਜੇ ਤੁਹਾਨੂੰ ਇਹ ਕਿਤੇ ਵੀ ਮਿਲੇ, ਇਹਦੇ ਪੱਤੇ ਤੋੜ ਕੇ ਲਿਆ ਕੇ ਤੁਸੀਂ ਛਾਵੇਂ ਸੁਕਾ ਲਓ, ਛਾਵੇਂ ਇਹਨੂੰ ਸੁਕਾ ਕੇ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਛਾਵੇਂ ਸੁਕਾ ਕੇ ਇਹਨੂੰ ਤੁਸੀਂ ਆਪਣੇ ਡੱਬੇ ਵਿੱਚ ਪੈਕ ਕਰ ਲਓ, ਇਹਦੇ ਸੁੱਕੇ ਪੱਤੇ ਵੀ ਅਸੀਂ ਵਰਤ ਸਕਦੇ ਹਾਂ। ਪਾਊਡਰ ਦੀ ਸ਼ੇਪ, ਪਾਊਡਰ ਸ਼ੇਪ, ਪਾਊਡਰ ਵੀ ਬਣਾ ਸਕਦੇ ਹਾਂ, ਕੰਪਨੀਆਂ ਪਾਊਡਰ ਵੀ ਵੇਚ ਰਹੀਆਂ ਨੇ, ਪਰ ਪੱਤੇ ਸਿਵੇਂ ਇਵੇਂ ਵੀ ਰੱਖ ਸਕਦੇ ਹਾਂ, ਪਾਊਡਰ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ। ਅੱਛਾ, ਮੈਂ ਸੁਣਿਆ ਸੀਗਾ ਕਿ ਇਹ ਜਿਹੜੀ ਯੂਪੀ ਬਿਹਾਰ ਦੇ ਵਿੱਚ ਬਹੁਤ ਸਾਰੇ ਲੋਕ ਇਹਨੂੰ ਖਾਂਦੇ ਆ। ਬਿਲਕੁਲ ਜੀ, ਅਤੇ ਇਹਦੀਆਂ ਕੁਝ ਕਹਿੰਦੇ ਫਲੀਆਂ ਵੀ ਲੱਗਦੀਆਂ। ਦੇਖੋ, ਸੁਹਾਂਜਣੇ ਨੂੰ ਜੇ ਕਹੀਏ ਤਾਂ ਅਸੀਂ ਹਰ ਇੱਕ ਚੀਜ਼ ਦੀ ਵਰਤੋਂ ਕਰਦੇ ਹਾਂ, ਜਿਸ ਤਰੀਕੇ ਤੁਸੀਂ ਇਹ ਬੂਟਾ ਵੇਚ ਰਹੇ ਹੋ,
ਉਹਦੀ ਮੂਲੀ ਦਾ ਵੀ ਅਚਾਰ ਪੈਂਦਾ ਆ, ਉਹ ਖਾਧਾ ਜਾਂਦਾ ਆ ਜੀ। ਫਿਰ ਇਹਦੇ ਅਸੀਂ ਸਿੱਧੇ ਇਹਦੇ ਪੱਤੇ ਯੂਜ਼ ਕਰ ਸਕਦੇ ਹੈਗੇ, ਇਹਦੇ ਪੱਤਿਆਂ ਵਿੱਚ ਵੀ ਉਹ ਸਾਰੇ ਗੁਣ ਨੇ। ਫਿਰ ਇਹਨੂੰ ਆ ਕੇ ਨਾ ਫੁੱਲ ਲੱਗਦਾ ਆ, ਜਦੋਂ ਫੁੱਲ ਬੰਦੇ ਫੁੱਲਾਂ ਦੀ ਸਬਜ਼ੀ ਵੀ ਬਣਦੀ ਜਿਹੜੀ ਬਹੁਤ ਟੇਸਟੀ ਬਣਦੀ ਹੈ, ਬਹੁਤ ਟੇਸਟੀ ਔਰ ਬਹੁਤ ਵਿਟਾਮਿਨ ਉਹਦੇ ਵਿੱਚ, ਉਹ ਸਾਰਾ ਕੁਝ ਇਹਦੇ ਵਿੱਚ ਆਣੇ ਹੀ ਆਣੇ, ਚਾਹੇ ਤੁਸੀਂ ਜੜ ਖਾਓ, ਚਾਹੇ ਇਹਦੇ ਪੱਤੇ ਖਾਓ, ਚਾਹੇ ਫੁੱਲ ਖਾਓ। ਫਿਰ ਫੁੱਲ ਨੂੰ ਲੱਗਦੀ ਹੈ ਫਲੀ, ਉਹ ਜਿਹੜੀ ਫਲੀ ਆ ਫਲੀ ਦੀਆਂ ਸਬਜ਼ੀ ਬਣਦੀ ਹੈ। ਸਾਊਥ ਸਾਈਡ 'ਤੇ ਤੁਸੀਂ ਵੇਖੋ ਤੇ ਉਹ ਹਰ ਸਬਜ਼ੀ ਦੇ ਵਿੱਚ ਤਿੰਨ ਚਾਰ ਫਲੀਆਂ ਸੁੱਟ ਦਿੰਦੇ ਨੇ, ਕਿ ਉਹਦੇ ਵਿੱਚ ਘੁਰ ਕੇ ਉਹਦੀ ਤਾਕਤ ਜਿਹੜੇ ਗੁਣ ਹੁੰਦੇ ਨੇ ਉਹਦੇ ਵਿੱਚ ਉਹ ਚਲੇ ਜਾਣ। ਅਤੇ ਅਕਸਰ ਜੇ ਤੁਸੀਂ ਯੂਪੀ ਜਾਂ ਹੋਰ ਪਾਸੇ ਸਟੇਟ ਤੋਂ ਆਉਣ ਵਾਲੇ ਜਿਹੜੇ ਇੱਥੇ ਪ੍ਰਵਾਸੀ ਨੇ, ਉਹ ਅਕਸਰ ਇਹਨੂੰ ਖਾਂਦੇ ਨੇ, ਮੈਂ ਬਹੁਤ ਸਾਰੇ ਸਹਿਜਣ ਹਿੰਦੀ ਵਿੱਚ ਵੀ ਕਹਿੰਦੇ ਸਾਡੇ ਪ੍ਰਵਾਸੀ ਭਾਰਤੀ ਆਉਂਦੇ ਹੈਗੇ ਆ। ਹਾਂਜੀ ਹਾਂਜੀ, ਮੈਂ ਕਈਆਂ ਦੇ ਕੋਲੋਂ ਸੁਣਿਆ ਕਿ ਉਹ ਸੁਹਾਜਣੇ ਦੀਆਂ ਫਲੀਆਂ ਲੱਭਦੇ ਰਹਿੰਦੇ ਕਿਤੇ ਲੱਗਾ ਹੋ ਗਿਆ ਨਾ, ਉਹਨਾਂ ਨੇ ਕਹਿਣਾ ਇਹ ਇਸ ਬੂਟੇ ਕੋ ਤੋੜ ਕੇ ਹਮ ਖਾਏਗੇ, ਬਹੁਤ ਵਧੀਆ। ਜਿਹੜਾ ਹੈਗੇ ਜੀ ਗਿੱਟੇ ਗੋਡੇ ਦੁਖਦੇ ਨੇ ਸਿਆਲਾਂ ਦੇ ਵਿੱਚ, ਤੁਸੀਂ ਇਹਦੀ ਬਣਾ ਕੇ ਉਹਦੀ ਸੀਰ ਜਿਹੜੀ ਗਰਮ ਜਿੱਦਾਂ ਹੈਗੀ ਆ, ਗਿੱਟੇ ਗੋਡੇ ਦੁਖਦੇ ਨੇ ਵੀ ਉਦੋਂ ਤੁਸੀਂ ਲਗਾਤਾਰ ਤੁਸੀਂ ਹਫ਼ਤੇ 'ਚ ਇੱਕ ਦੋ ਦਿਨ ਇਹਦੀਆਂ ਸਬਜ਼ੀ ਬਣਾ ਕੇ ਖਾਓ ਤੇ ਤੁਹਾਨੂੰ ਬਹੁਤ ਵਧੀਆ ਉਹਦਾ ਰਿਜ਼ਲਟ ਮਿਲੂਗਾ ਜੀ। ਫਿਰ ਫਲੀਆਂ ਤੋਂ ਬਾਅਦ ਜਦੋਂ ਫਲੀਆਂ ਪੱਕ ਜਾਂਦੀਆਂ ਨੇ ਉਹ ਸਾਡੇ ਬੀਜ ਤਿਆਰ ਹੋ ਜਾਂਦੇ ਨੇ, ਜਿਹੜਾ ਬੀਜ ਅਸੀਂ ਅੱਗੇ ਉਗਾ ਸਕਦੇ ਹੈਗੇ। ਫਲੀਆਂ ਜਿਹੜੀਆਂ ਨੇ ਫਲੀਆਂ ਅਸੀਂ ਜਾਨਵਰ ਨੇ ਜਿਹਨਾਂ ਦੇ ਘਰਾਂ ਵਿੱਚ ਸਾਡੇ ਕੋਲ ਮੱਝਾਂ ਨੇ ਜਾਂ ਗਾਈਆਂ ਹੈਗੀਆਂ ਨੇ, ਇਹਦੀਆਂ ਇਹਨੂੰ ਤੁਸੀਂ ਚਾਰੇ ਦੇ ਤੌਰ 'ਤੇ ਵੀ ਵਰਤ ਸਕਦੇ ਹੋ। ਤੁਸੀਂ ਆਹ ਵੇਖੋ, ਬੂਟਾ ਛੋਟਾ ਜਿਹਾ ਮੇਰੇ ਖਿਆਲ ਇਹ ਕੋਈ 3-4 ਮਹੀਨੇ ਦਾ ਹੋਣਾ ਹੈ, ਠੀਕ ਹੈ ਜੀ। ਅਤੇ ਇਹ 4 ਮਹੀਨੇ ਦਾ ਬੂਟਾ ਹੋਣਾ, ਇਹ ਵੀ ਬੂਟਾ ਜਿੱਦਾਂ ਅਸੀਂ ਲਿਫਾਫੇ ਸੁੱਕ ਗਏ ਉਹ ਖਾਲੀ ਕਰ ਦਿੱਤੇ ਇੱਥੇ ਸਟਾਫ ਨੇ ਅਤੇ ਉਹ ਖਾਲੀ ਕਰਕੇ ਸੁੱਟ ਦਿਓ, ਜਿਹਦੀ ਜੜ ਮਾੜੀ ਜੀ ਰਹੇ ਉੱਥੇ ਵੀ ਭੁੱਗੇ ਪੈਂਦੇ ਨੇ, ਇਹ ਬੂਟਾ ਉਹਦੇ 'ਚ ਉੱਗਿਆ ਹੋਇਆ ਆ। ਹੁਣ ਤੁਸੀਂ ਇਸ ਤਰੀਕੇ ਦੇ ਨਾਲ ਮੰਨ ਲਓ ਤੁਸੀਂ ਸਾਈਡਾਂ ਦੇ ਉੱਪਰ ਖੇਤ ਦੇ ਵਿੱਚ ਇੱਕ ਸਾਈਡ ਦੇ ਉੱਪਰ 3-4 ਫੁੱਟ ਦੇ ਉੱਪਰ ਤੁਸੀਂ ਬੂਟੇ ਲਗਾਏ ਹੋਣ, ਆਹ ਵੇਖੋ ਇਹਦੇ ਕਿੰਨਾ ਸਾਰਾ ਜਿਹੜੇ ਹਰਾ ਪੱਠਾ ਮਿਲ ਜਾਂਦਾ ਸਾਨੂੰ ਇਹਦੇ ਉੱਪਰ। ਹਰੇ ਪੱਠੇ ਦੇ ਨਾਲ ਨਾਲ ਉਹ ਤੱਤ, ਉਹ ਵਿਟਾਮਿਨ, ਉਹ ਪ੍ਰੋਟੀਨ ਦੀ ਜਿਹੜੀ ਅਸੀਂ ਗੱਲ ਕਰਦੇ ਉਹ ਭਰਪੂਰ ਜਾਨਵਰ ਨੂੰ ਮਿਲਦਾ, ਸਾਡੀ ਖੁਰਾਕ ਆ ਉਹ, ਸਾਨੂੰ ਸਾਡੀ ਬੋਡੀ ਦੀ ਖੁਰਾਕ ਆ ਉਹ, ਸਾਡੇ ਜਾਨਵਰਾਂ ਨੂੰ ਮਿਲੂਗੀ। ਮਤਲਬ ਪੱਠੇ ਦਾ ਕੰਮ ਵੀ ਅਸੀਂ ਇਹਦੇ ਕੋਲੋਂ ਲੈ ਸਕਦੇ ਹੈਗੇ ਹਾਂ, ਅਤੇ ਦੂਸਰੀ ਗੱਲ ਇਹਨੂੰ ਖੇਤਾਂ ਵਿੱਚ ਵੀ ਅਸੀਂ ਲਾ ਸਕਦੇ ਹਾਂ, ਕਿਉਂਕਿ ਇਹ ਦਰਖਤ ਤੁਸੀਂ ਵੇਖੀਏ ਬਹੁਤਾ ਸ਼ੌਰ ਨਹੀਂ ਕਰਦਾ, ਇਹਦੀ ਮਾਰ ਜਿਹੜੀ ਹੈ ਬਹੁਤ ਸ਼ੌਰ ਦੀ ਘੱਟ ਹੁੰਦੀ, ਕਿਉਂਕਿ ਪੱਤਾ ਬਰੀਕ ਹੁੰਦਾ ਆ। ਇਹਨੂੰ ਅਸੀਂ ਖੇਤਾਂ ਦੇ ਬੰਨਿਆਂ 'ਤੇ ਵੀ ਲਗਾ ਸਕਦੇ ਹਾਂ, ਉਹਦੇ 2-3 ਫਾਇਦੇ ਨੇ ਸਾਨੂੰ। ਇੱਕ ਫਾਇਦਾ ਤਾਂ ਇਹ ਕਿ ਜਦੋਂ ਖੇਤਾਂ 'ਚ ਤੁਸੀਂ ਦਰਖਤ ਵੱਢ ਦਿੱਤੇ, ਚਿੜੀਆਂ ਜਾਨਵਰ ਆ ਕੇ ਸਾਡੇ ਦਰਖਤ ਬੈਠਣ ਨੂੰ ਥਾਂ ਨਹੀਂ ਹੈਗੀ, ਉਹ ਸੁੰਡੀਆਂ ਜਿਹੜੀ ਫਸਲ ਨੂੰ ਪੈਂਦੀਆਂ ਸੀ ਉਹ ਫੜ ਕੇ ਖਾਂਦੀਆਂ ਸੀਗੀਆਂ, ਇੱਕ ਤਾਂ ਉਹ ਆ ਕੇ ਇਹਦੇ ਉੱਪਰ ਬੈਠਣਗੀਆਂ, ਦੂਜਾ ਇਹਦੇ ਪੱਤੇ ਝੜਨਗੇ, ਡਿੱਗਣਗੇ, ਉਹ ਜ਼ਮੀਨ ਦੇ ਵਿੱਚ ਵੀ ਦੇਸੀ ਮੱਲੜ ਪੈਦਾ ਕਰਨਗੇ, ਅਤੇ ਜ਼ਮੀਨ ਵੀ ਸਾਡੀ ਫਸਲ ਨੂੰ ਵੀ ਸਾਡੀ ਬਹੁਤ ਸਾਰੀ ਜਿਹੜੀ ਉਹ ਤਾਕਤ ਮਿਲੂਗੀ। ਅਤੇ ਤੀਜਾ ਦੀ ਲੱਕੜ ਵੀ ਮਹਿੰਗੀ ਵਿਕਦੀ ਹੈਗੀ ਆ, ਅਤੇ ਇਹਦੇ ਜਿਹੜੇ ਮਤਲਬ ਜਦੋਂ ਲਗਾਉਣਾ ਵੱਡਾ ਬੂਟਾ ਹੋ ਜਾਂਦਾ, ਇਹ ਤਾਂ ਤੁਸੀਂ ਵੇਖੋ ਸਾਲ ਦਾ ਬੂਟਾ ਹੋਵੇ, 4-5 ਸਾਲ ਪੁਰਾਣਾ ਹੋਵੇ, 10 ਫੁੱਟ ਹਾਈਟ ਲੈ ਗਿਆ ਹੋਣਾ ਜੀ। ਤੇ ਇਹਨੂੰ ਜਿਹੜਾ ਹੈਗਾ ਇਹਦੀ ਹਾਈਟ ਸੌਖਾ ਤਰੀਕਾ ਜੇ ਘਰ 'ਚ ਅਸੀਂ ਵਰਤੋਂ ਕਰਨੀ ਆ, ਇਹਨੂੰ ਬਹੁਤਾ ਵੱਡਾ ਦਰਖਤ ਨਾ ਵੜਨ ਦਿਓ, ਫਲੀਆਂ ਤੋੜਨ ਦੀ ਵੀ ਦਿੱਕਤ ਆਉਂਦੀ ਆ, ਇਹਨੂੰ 8-10 ਫੁੱਟ 'ਤੇ ਉੱਤੋਂ ਵੱਢ ਲਓ, ਛਾਂਗ ਲਓ, ਅਤੇ ਸ਼ਾਖਾ ਜ਼ਿਆਦਾ ਫੁੱਟਦੀਆਂ ਨੇ, ਪੱਤੇ ਜ਼ਿਆਦਾ ਵਰਤੋਂ 'ਚ ਆਉਂਦੇ ਨੇ, ਜਿਹੜੀਆਂ ਫਲੀਆਂ ਸਾਡੇ ਜਿਹੜੀਆਂ ਵਰਤੋਂ 'ਚ ਵੀ ਆਉਂਦੀਆਂ ਨੇ। ਅੱਛਾ ਜੀ, ਇਹ ਬੂਟੇ ਦੇ ਤੁਸੀਂ ਪੱਤੇ ਜਾ ਰਿਹਾ ਕੋਈ ਪਾਊਡਰ ਦੇ ਕੇ, ਹੁਣ ਤੱਕ ਤੁਹਾਡੇ ਕੋਲ ਕੋਈ ਐਸਾ ਰਿਜ਼ਲਟ ਆਇਆ ਹੋਵੇ ਇਸ ਏਰੀਏ ਦੇ ਵਿੱਚੋਂ? ਦੇਖੋ ਸੁਹਾਜਣੇ ਨੇ ਤਾਂ ਬਹੁਤ ਨੇ ਜੀ, ਮੇਰੇ ਕੋਲ ਇੱਕ ਇੱਥੋਂ ਪੇਸ਼ੈਂਟ ਆਉਂਦੇ ਨੇ, ਹਾਲਾਂਕਿ ਉਹਨਾਂ ਨੂੰ ਮੈਂ ਨਹੀਂ ਦਿੱਤਾ, ਉਹਨਾਂ ਨੂੰ ਗੱਠੀ ਦੀ ਪ੍ਰੋਬਲਮ ਸੀ, ਠੀਕ ਹੈ, ਉਹ ਗੱਠੇ ਦੀ ਪ੍ਰੋਬਲਮ ਕਿ ਇਸ ਹੱਦ ਤੱਕ ਸੀ, ਜਿਵੇਂ ਤੁਹਾਨੂੰ ਦੋਸਤੋ ਪਤਾ ਹੀ ਆ ਕਿ ਗੱਠੀਆ ਸਰੀਰ ਨੂੰ ਪੂਰਾ ਜਕੜ ਦਿੰਦਾ ਆ। ਉਹ ਬਜ਼ੁਰਗਾਂ ਦਾ ਕਹਿਣਾ ਆ ਕਿ ਕੁਰਸੀ ਤੋਂ ਜਦੋਂ ਮੈਂ ਉੱਠਦਾ ਸੀ ਮੈਨੂੰ ਇੱਦਾਂ 2 ਵਾਰੀ ਝਟਕੇ ਮਾਰ ਕੇ ਉੱਠਣਾ ਪੈਂਦਾ ਸੀ, ਉੱਠਿਆ ਨਹੀਂ ਜਾਂਦਾ ਸੀ ਮੇਰੇ ਕੋਲੋਂ। ਉਹ ਕਹਿੰਦੇ ਪਹਿਲਾਂ ਮੈਂ ਇੰਗਲਿਸ਼ ਮੈਡੀਸਨ ਬਹੁਤ ਖਾਧੀ, ਫਿਰ ਕਿਸੇ ਨੇ ਕਿਹਾ ਕਿ ਉਹਦੇ ਵਿੱਚ ਤਾਂ ਇਹਦਾ ਇਲਾਜ ਹੀ ਨਹੀਂ ਹੈਗਾ, ਠੀਕ ਹੋ ਹੀ ਨਹੀਂ ਸਕਦੇ। ਫਿਰ ਕਿਸੇ ਨੇ ਉਹਨੂੰ ਆਯੁਰਵੈਦਿਕ ਦੱਸੀ, ਆਯੁਰਵੈਦਿਕ ਦਵਾਈ ਵੀ ਕਿਸੇ ਆਯੁਰਵੈਦ ਵੈਦ ਕੋਲੋਂ ਖਾਂਦੇ ਰਹੇ। ਫਿਰ ਉਹਨਾਂ ਨੂੰ ਸੁਹਾਜਣੇ ਬਾਰੇ ਸੁਣਿਆ, ਸੁਹਾਜੇ ਬਾਰੇ ਸੁਣਿਆ, ਇਹਦੀ ਕਿਤੇ ਮੇਲੇ ਤੋਂ ਜਾ ਕੇ ਉਹਨੇ ਸੁਹਾਜਣ ਦਾ ਬੂਟਾ ਲਿਆਂਦਾ, ਅਤੇ ਉਹ ਉਹਨਾਂ ਨੇ ਉਹਨਾਂ ਕਰਨਾ ਸ਼ੁਰੂ ਕੀਤਾ, ਅਤੇ ਉਹ ਅੱਜ ਕਹਿੰਦੇ ਮੈਂ ਇਵੇਂ ਹਾਂ ਕਿ ਮੈਨੂੰ ਕਦੀ ਜ਼ਿੰਦਗੀ 'ਚ ਗਠੀਆ ਹੋਇਆ ਹੀ ਨਹੀਂ ਸੀ, ਕਿਉਂਕਿ ਜਦੋਂ ਸਾਡੀ ਬੋਡੀ ਦੀ ਖੁਰਾਕ ਪੂਰੀ ਹੋ ਗਈ ਤਾਂ ਸਾਨੂੰ ਬਿਮਾਰੀਆਂ। ਅਸਲ ਦੇ ਵਿੱਚ ਪ੍ਰੋਬਲਮ ਇਹ ਕਿ ਜਿਹੜੀ ਅਸੀਂ ਖੁਰਾਕ ਖਾ ਰਹੇ ਹਾਂ, ਇੱਕ ਤਾਂ ਅਸੀਂ ਅੱਜ ਡੱਬਾ ਬੰਦ ਪੈਕਿੰਗ ਵੱਲ ਸਾਡਾ ਬਹੁਤ ਇੰਟਰਸਟ ਹੈਗਾ, ਸੌਖੇ ਨੂੰ ਸੁਖਾਲੇ ਵਾਲੇ ਪਾਸੇ ਨੂੰ ਅਸੀਂ ਦੌੜਦੇ ਹੈਗੇ, ਭੁੱਖ ਲੱਗੀ ਕੁਛ ਨਹੀਂ ਹੈਗਾ, ਆਰਡਰ ਕਰੋ ਜੀ ਔਨਲਾਈਨ ਸਿਸਟਮ, ਔਨਲਾਈਨ ਅਸੀਂ ਕਹਿੰਦੇ ਤਰੱਕੀ ਕੀਤੀ ਹੈ, ਪਰ ਇਹ ਨੁਕਸਾਨ ਬੋਡੀ ਨੂੰ ਸਰੀਰ ਨੂੰ ਸਾਡੇ ਬਹੁਤ ਨੁਕਸਾਨ ਹੋਏ ਨੇ, ਬਹੁਤ ਜ਼ਿਆਦਾ, ਠੀਕ ਹੈ ਜੀ। ਅਤੇ ਇਹ ਸੁਹਾਜਣਾ ਜਿਹੜਾ ਹੈਗਾ ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਲੋੜ ਸਾਨੂੰ ਖੁਰਾਕ 'ਚੋਂ ਲੈਣੀ ਸੀ, ਰੋਟੀ 'ਚੋਂ, ਕਣਕ 'ਚੋਂ ਲੈਣੀ ਸੀ, ਸਬਜ਼ੀਆਂ 'ਚੋਂ ਲੈਣੀ ਸੀ, ਇਹ ਉਹ ਸਾਰੀ ਸਾਡੀ ਪੂਰਤੀ ਕਰਦਾ ਪਿਆ ਹੈ। ਮਤਲਬ ਜਿੱਦਾਂ ਉਹ ਇੱਕ ਸ਼ੁਗਰ 'ਚ ਅਸੀਂ ਕਹਿੰਦੇ ਹਾਂ ਕਿ 4 ਗਲਾਸ ਦੁੱਧ ਦੇ ਪੀਣ ਨਾਲੋਂ 4 ਗ੍ਰਾਮ ਸੁਹਾਜਣਾ ਖਾ ਲਓ, ਹੁਣ ਦੁੱਧ ਦਾ ਸਵਾਦ ਤਾਂ ਨਹੀਂ ਦੇਣਾ ਉਹਨੇ, ਪਰ ਦੁੱਧ 'ਚ ਭਰਪੂਰ ਕੈਲਸ਼ੀਅਮ ਜਿਹੜੀ ਅਸੀਂ ਲੈਣੀ ਸੀ, ਉਹ 4 ਗਲਾਸ ਉਹਨੇ ਕੈਲਸ਼ੀਅਮ ਸਾਨੂੰ ਦੇ ਦੇਣੀ ਹੈਗੀ, ਹੈ ਨਾ। ਇਸੇ ਤਰ੍ਹਾਂ ਸੰਤਰੇ
ਇਹਦੇ ਖਾਓ ਤਾਂ ਸਾਡੀ ਵਿਟਾਮਿਨ ਸੀ ਦੀ ਘਾਟ ਪੂਰੀ ਹੁੰਦੀ ਹੈ। ਅੱਜ ਖਾਸ ਕਰਕੇ ਵੇਖੋ ਜਿੱਦਾਂ ਸਾਡੀ ਲੇਡੀਜ਼ ਦੀ ਅਗਰ ਗੱਲ ਕਰੀਏ, ਸਾਡੀਆਂ ਭੈਣਾਂ ਦੀ ਗੱਲ ਕਰੀਏ, ਮਾਤਾਵਾਂ ਦੀ ਗੱਲ ਕਰੀਏ, ਉਹਨਾਂ ਨੂੰ ਕੈਲਸ਼ੀਅਮ ਦੀ ਆਇਰਨ ਦੀ ਘਾਟ ਬਹੁਤ ਰਹਿੰਦੀ ਹੈ, ਬਹੁਤ ਜ਼ਿਆਦਾ ਰਹਿੰਦੀ ਹੈ। ਹੁਣ ਕੈਲਸ਼ੀਅਮ ਤੇ ਆਇਰਨ ਭਰਪੂਰ ਹੈਗਾ ਸੁਹੰਜ ਦਾ, ਪਰ ਸਾਡੇ ਲੋਕਾਂ ਨੂੰ ਇਹਦੇ ਬਾਰੇ ਇੰਨੀ ਨੌਲੇਜ ਨਾ ਹੋਣ ਕਰਕੇ ਐਲੋਪੈਥੀ ਨੂੰ, ਔਰਤ ਗਰਭਪਤੀ ਹੁੰਦੀ ਆ, ਬੱਚਾ ਪੈਦਾ ਹੋਣ ਵਾਲਾ ਹੁੰਦਾ ਹੈ, ਤਾਂ ਉਦੋਂ ਉਹਨੂੰ ਕੈਲਸ਼ੀਅਮ ਦੀ ਬਹੁਤ ਵੱਡੀ ਮਾਤਰਾ 'ਚ ਲੋੜ ਹੁੰਦੀ ਹੈ, ਅਤੇ ਇਹ ਕੈਲਸ਼ੀਅਮ ਭਰਪੂਰ ਹੈਗਾ ਆ, ਉਹਦੇ ਲਈ ਬਹੁਤ ਜ਼ਿਆਦਾ ਉਹਨਾਂ ਲਈ ਫਾਇਦੇਮੰਦ ਹੈਗਾ। ਅਤੇ ਅਸੀਂ ਰੋਟੀ, ਅਸਲ ਸਾਡੀ ਆਦਤ ਇਹ ਆ ਕਿ ਅਸੀਂ ਕੋਈ ਵੀ ਚੀਜ਼ ਪੈਸੇ ਦੇ ਕੇ ਖਾਣੀ ਨੂੰ ਸੁਖਾਲਾ ਸਮਝਦੇ ਹਾਂ, ਸੁਖਾਲਾ ਸਮਝ, ਜਿਹੜੀ ਸਾਨੂੰ ਫ੍ਰੀ ਕੁਦਰਤ ਦੇ ਰਹੀ ਆ, ਉਹ ਹਾਲਾਂਕਿ ਉਹ ਕੈਮੀਕਲ ਬੇਸ ਤਿਆਰ ਹੋ ਰਹੇ ਨੇ। ਤੁਸੀਂ ਕੋਈ ਵੀ ਮੈਡੀਸਨ, ਇੰਗਲਿਸ਼ ਮੈਡੀਸਨ ਯੂਟਿਊਬ ਹਰ ਬੰਦੇ ਦੇ ਹੱਥ ਵਿੱਚ ਹੈਗੀ ਆ, ਗੂਗਲ ਤੁਹਾਡੇ ਹੱਥ ਵਿੱਚ, ਤੁਸੀਂ ਉਹਦੇ 'ਤੇ ਜਾ ਕੇ ਉਹਦਾ ਨਾਮ ਭਰੋ, ਉਹਦੇ ਬੈਨੀਫਿਟਸ ਅਤੇ ਉਹਦੇ ਸਾਈਡ ਇਫੈਕਟਸ ਉਹਦੇ 'ਤੇ ਭਰੋ, ਤੁਹਾਨੂੰ ਉਹਦੇ 'ਤੇ ਹਰ ਇੱਕ ਮੈਡੀਸਨ ਦੇ ਨੁਕਸਾਨ ਤੁਹਾਨੂੰ ਨਾਲ ਮਿਲਣਗੇ। ਜੇ ਕੋਈ ਇੱਕ ਚੀਜ਼ ਸਾਨੂੰ ਫਾਇਦਾ ਦੇ ਰਹੀ ਹੈ, ਕੋਈ ਬਿਮਾਰੀ ਠੀਕ ਕਰੀ, ਉਹ ਨਾਲ ਨੁਕਸਾਨ ਵੀ ਦੇ ਰਹੀ ਆ, ਅਤੇ ਇਸ ਕਰਕੇ ਇਹ ਸੁਹਾਂਜਣਾ ਜਿਹੜਾ ਹੈਗਾ ਉਹਦੇ ਅਸੀਂ ਮਤਲਬ ਘਰ 'ਚ ਰੂਟੀਨ 'ਚ ਗੱਲ ਕਰੀਏ, ਐਲਚ ਆਇਰਨ ਦੀ ਗੱਲ ਕਰੀਏ, ਕੈਲਸ਼ੀਅਮ ਦੀ ਗੱਲ ਕਰੀਏ, ਖਾਸ ਕਰਕੇ ਬੀਬੀਆਂ ਭੈਣਾਂ ਲਈ ਵੀ ਬਹੁਤ ਜ਼ਿਆਦਾ ਇਹ ਲਾਹੇਵੰਦ ਹੈਗਾ ਆ, ਬਹੁਤ ਜ਼ਿਆਦਾ ਤਾਕਤ ਭਰਪੂਰ ਹੈਗਾ ਆ। ਓਕੇ ਦੋਸਤੋ, ਇਹ ਸਨ ਸਾਡੇ ਨਾਲ ਗੁਰਨਾਮ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਆਯੁਰਵੈਦਿਕ ਦੀ ਜਾਣਕਾਰੀ ਦਿੱਤੀ ਹੈਗੀ ਆ, ਔਰ ਆਸ ਕਰਦੇ ਹਾਂ ਕਿ ਸਾਡੀ ਅੱਜ ਦੀ ਗੱਲਬਾਤ ਤੁਹਾਨੂੰ ਬਹੁਤ ਵਧੀਆ ਪਸੰਦ ਆਈ ਹੋਏਗੀ, ਔਰ ਵੱਧ ਤੋਂ ਵੱਧ ਸਾਨੂੰ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦੀ ਸਾਡੀ ਗੱਲਬਾਤ ਕਿਹੋ ਜਿਹੀ ਲੱਗੀ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਦੇ ਉੱਤੇ ਆਉਣ 'ਤੇ। ਓਕੇ ਜੀ।